ਇਹ ਬਾਬੂ ਰਾਮ, ਪਹਿਲੇ ਮੈਂ ਆਪਣਾ ਦੱਸਦਿਆਂ, ਮੈਂ ਡਾਕਟਰ ਜਤਿੰਦਰ ਮਲਹੋਤਰਾ, ਮੈਡੀਕਲ ਡਾਇਰੈਕਟਰ ਐਂਡ ਮੈਨੇਜਿੰਗ ਡਾਇਰੈਕਟਰ ਦਾ ਕਾਰਪੋਰੇਟ ਹੋਸਪਿਟਲ ਬਟਾਲਾ ਰੋਡ ਅੰਮ੍ਰਿਤਸਰ। ਬਾਬੂ ਲਾਲ ਪੇਸ਼ੈਂਟ ਸਾਡੇ ਕੋਲ ਕੁਛ ਦਿਨ ਪਹਿਲੇ, ਇਰਾਦੇ 10-15 ਦਿਨ ਪਹਿਲੇ ਐਡਮਿਟ ਹੋਏ ਸੀ। ਇਹ ਹਾਰਟ ਫੇਲੀਅਰ ਨਾਲ ਇਹਦਾ ਸਾਹ ਉੱਖੜ ਗਿਆ ਸੀ, ਸਾਹ ਚੜ੍ਹ ਰਿਹਾ ਸੀ, ਚੱਲਣ ਫਿਰਨ 'ਚ ਮੁਸ਼ਕਲ ਆ ਰਹੀ ਸੀ, ਇਰਾਦਰ ਲੇਟਣ 'ਚ ਵੀ ਮੁਸ਼ਕਲ ਆ ਰਹੀ ਸੀ। ਅਸੀਂ ਉਹਨੂੰ ਹਾਰਟ ਫੇਲੀਅਰ ਕਹਿੰਦੇ ਹਾਂ। ਹਾਰਟ ਫੇਲੀਅਰ ਨਾਲ ਸਾਡੇ ਕੋਲ ਐਡਮਿਟ ਹੋਏ ਸੀ। 2-4-5 ਦਿਨ ਅਸੀਂ ਇਹਨਾਂ ਦਾ ਮੈਡੀਕਲ ਮੈਨੇਜਮੈਂਟ, ਹਾਰਟ ਫੇਲ ਦਾ ਇਲਾਜ ਕੀਤਾ, ਜਿਹਦੇ ਬਾਅਦ ਕੁਛ ਸਥਿਰ ਹੋ ਗਏ, ਕੁਛ ਬੈਟਰ ਹੋ ਗਏ, ਕੁਛ ਸੈਟਲ ਹੋ ਗਏ। ਉਸ ਤੋਂ ਬਾਅਦ ਅਸੀਂ ਸਾਰੇ ਮਰੀਜ਼ਾਂ 'ਚ ਇਸ ਤਰ੍ਹਾਂ ਹੀ ਹੁੰਦਾ, ਜਿਹੜੇ ਵੀ ਪੇਸ਼ੈਂਟ ਹਾਰਟ ਫੇਲੀਅਰ ਕਰਕੇ ਆਉਂਦੇ ਆ ਉਹਨਾਂ 'ਚ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਮੈਡੀਕਲ ਮੈਨੇਜਮੈਂਟ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਉਹਦਾ ਹਾਰਟ ਫੇਲ ਕਿਉਂ ਹੋਇਆ ਉਹਦਾ ਕਾਰਨ ਲੱਭਣ ਲਈ ਅਸੀਂ ਉਹਦੀ ਐਂਜੀਓਗ੍ਰਾਫੀ ਕਰ ਲੈਂਦੇ ਹਾਂ ਜਦੋਂ ਪੇਸ਼ੈਂਟ ਫਿੱਟ ਹੁੰਦਾ, ਕਿਉਂਕਿ ਐਂਜੀਓਗ੍ਰਾਫੀ 'ਚ ਪੇਸ਼ੈਂਟ ਨੂੰ ਲੇਟਣਾ ਪੈਂਦਾ ਕਰੀਬ ਕਰੀਬ 10-15 ਮਿੰਟ ਲਈ। ਇਸ ਕਰਕੇ ਹਾਰਟ ਫੇਲ ਵਾਲਾ ਪੇਸ਼ੈਂਟ ਬੈੱਡ 'ਤੇ ਲੇਟ ਨਹੀਂ ਸਕਦਾ, ਉਹਨੂੰ ਪਹਿਲੇ ਮੈਨੇਜ ਕਰਕੇ ਫਿਰ ਉਹਦੀ ਐਂਜੀਓਗ੍ਰਾਫੀ ਹੁੰਦੀ ਹੈ। ਇਹਨਾਂ ਦੀ ਅਸੀਂ ਜਦੋਂ ਐਂਜੀਓਗ੍ਰਾਫੀ ਕੀਤੀ ਤਾਂ ਉਹ 'ਚ ਸਾਰੀਆਂ ਨਾੜੀਆਂ, ਆਲਮੋਸਟ ਸਾਰੀਆਂ ਨਾੜੀਆਂ, 3-4 ਨਾੜੀਆਂ ਬੰਦ ਆਈਆਂ, ਜਿਹੜੀਆਂ ਵੈਸਲ ਸਟੈਂਟੇਬਲ ਨਹੀਂ ਸੀ। ਸਟੈਂਟੇਬਲ ਨਹੀਂ ਸੀ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ 'ਚ ਸਟੈਂਟ ਨਹੀਂ ਪੈ ਸਕਦੇ ਸੀ ਜਾਂ ਜ਼ਰੂਰਤ ਤੋਂ ਜ਼ਿਆਦਾ ਪੈਣੇ ਸੀ, ਇਸ ਕਰਕੇ ਉਹ ਸਟੈਂਟੇਬਲ ਵੈਸਲ ਨਹੀਂ ਸੀ, ਇਸ ਨਾਲ ਬਾਈਪਾਸ ਕਰਨਾ ਜ਼ਰੂਰੀ ਸੀ। ਇਹਨਾਂ ਕੋਲ ਆਯੁਸ਼ਮਾਨ ਦਾ ਕਾਰਡ ਸੀ, ਆਯੁਸ਼ਮਾਨ ਦੇ ਕਾਰਡ 'ਚ ਬਾਈਪਾਸ ਸਰਜਰੀ ਹੋ ਜਾਂਦੀ ਹੈ। ਪਰ ਜਦੋਂ ਇੰਨੀ ਟ੍ਰਿਕੀ ਸਰਜਰੀ ਹੋਵੇ, ਜਦੋਂ ਇੰਨਾ ਡਿਫੀਕਲਟ ਸਰਜਰੀ ਹੋਵੇ, ਡਿਫੀਕਲਟ ਕਿਉਂ? ਡਿਫੀਕਲਟ ਇਸ ਕਰਕੇ ਬਿਕੋਜ਼ ਇਹਨਾਂ ਦਾ ਹਾਰਟ ਜਿਹੜਾ ਸੀ ਉਹ 25-30% ਕੰਮ ਕਰ ਰਿਹਾ ਸੀ। ਰਿਪੀਟਿਡ ਹਾਰਟ ਫੇਲੀਅਰ ਕਰਕੇ, ਰਿਪੀਟਿਡ MI ਕਰਕੇ, ਰਿਪੀਟਿਡ ਹਾਰਟ ਅਟੈਕ ਕਰਕੇ ਇਹਨਾਂ ਦਾ ਹਾਰਟ ਸਲੋਲੀ ਸਲੋਲੀ ਡੈਮੇਜ ਹੋਣਾ ਸ਼ੁਰੂ ਹੋ ਗਿਆ। ਜਦੋਂ ਤੱਕ ਸਾਡੇ ਕੋਲ ਆਏ ਇਹਨਾਂ ਦਾ ਹਾਰਟ 25-30% ਕੰਮ ਕਰ ਰਿਹਾ ਸੀ। ਜਿਨ੍ਹਾਂ ਦਾ ਮਰੀਜ਼ਾਂ ਦਾ ਹਾਰਟ 25-30% ਕੰਮ ਕਰਦਾ, ਪੂਰਾ ਕੰਮ ਨਹੀਂ ਕਰਦਾ, ਪੂਰਾ ਮਤਲਬ 60% ਕੰਮ ਨਹੀਂ ਕਰਦਾ, ਉਹਨਾਂ ਦਾ ਉਹਨਾਂ 'ਚ ਹਾਰਟ ਜਿਹੜਾ ਬਾਈਪਾਸ ਸਰਜਰੀ ਥੋੜ੍ਹੀ ਟ੍ਰਿਕੀ ਹੋ ਜਾਂਦੀ ਹੈ, ਕਿਉਂਕਿ ਉਹਦੇ 'ਚ ਕਿਸੇ ਵੀ ਵੇਲੇ IABP ਇੱਕ ਬੈਲੂਨ ਹੁੰਦਾ, ਇੰਟਰਾਓਟਿਕ ਬੈਲੂਨ ਪੰਪ ਹੁੰਦਾ, ਉਹ ਬੈਲੂਨ ਪੈਂਦਾ ਉਹਦੇ 'ਚ, ਉਹ ਬੈਲੂਨ ਸਾਨੂੰ ਸਰਕਾਰ ਉਹਦੇ ਖਰਚਾ ਨਹੀਂ ਦਿੰਦੀ, ਬਿਕੋਜ਼ ਬੈਲੂਨ ਦਾ ਆਪਣਾ ਹੀ 40,000 ਰੁਪਏ ਦਾ ਬੈਲੂਨ ਹੈ। ਇਹ ਗਰੀਬ ਬੰਦੇ ਸੀ, ਇਹ ਬੈਲੂਨ ਅਫੋਰਡ ਨਹੀਂ ਕਰ ਪਾਉਂਦੇ ਸੀ। ਸੋ ਇਸ ਕਰਕੇ ਹੋਸਪਿਟਲ ਨਾਲ ਥੋੜ੍ਹੀ ਜਿਹੀ ਮਨ ਮੁਟਾਵ ਹੋਇਆ ਕਿ ਅਸੀਂ ਇਹ ਸਰਜਰੀ ਕਰਾਉਣੀ ਵੀ ਇੱਥੋਂ ਹੀ ਹੈ, ਬਿਕੋਜ਼ ਇਹਨਾਂ ਦੇ ਆਲਰੇਡੀ 2-3 ਪੇਸ਼ੈਂਟਸ ਤੋਂ ਅਸੀਂ ਇਸੇ ਚੱਕਰ 'ਚੋਂ ਕੱਢਿਆ ਹੋਇਆ ਸੀ, ਇਸੇ ਬਿਮਾਰੀ 'ਚੋਂ ਕੱਢਿਆ ਸੀ ਕੁਛ ਸਾਲ ਪਹਿਲੇ, ਉਹੀ ਪੇਸ਼ੈਂਟ ਸਾਡੇ ਕੋਲ ਲੈ ਕੇ ਆਇਆ ਸੀ ਸਾਡੇ ਕੋਲ ਕਿ ਡਾਕਟਰ ਸਾਹਿਬ ਮੈਨੂੰ ਤੁਸੀਂ ਬਚਾਇਆ ਸੀ। ਕਿੰਨੇ ਸਾਲ ਹੋ ਗਏ? 4-5 ਸਾਲ ਮੇਰੇ ਖਿਆਲ ਪਹਿਲੇ ਆਏ ਸੀ, ਅਤੇ ਉਸ ਤੋਂ ਬਾਅਦ ਇਹ ਮਰੀਜ਼ ਲੈ ਕੇ ਆਏ, ਜਿਸ ਕਰਕੇ ਸਾਨੂੰ ਪ੍ਰੋਬਲਮ ਇਹੀ ਪ੍ਰੋਬਲਮ ਆ ਰਹੀ ਸੀ ਕਿ IABP ਪੈਣਾ ਹੈ ਜਾਂ ਨਹੀਂ ਪੈਣਾ ਜਾਂ ਕੀ ਪ੍ਰੋਬਲਮ ਹੈ, ਉਹਦੇ 'ਚ ਅਸੀਂ ਕੁਛ ਬਨਮੁਟਾ ਹੋਇਆ। ਲੇਕਿਨ ਅਲਟੀਮੇਟਲੀ ਅਸੀਂ ਹੋਸਪਿਟਲ ਨੇ ਪੂਰਾ ਆਪਣਾ ਮੋਢਾ ਦਿੱਤਾ ਇਹਨਾਂ ਨੂੰ ਕਿ ਅਸੀਂ ਜੋ ਵੀ ਹੋਏਗਾ, ਜਿੰਨਾ ਵੀ ਖਰਚਾ ਹੋਏਗਾ, ਆਯੁਸ਼ਮਾਨ ਤੋਂ ਉੱਪਰ ਵੀ ਜਿੰਨਾ ਖਰਚਾ ਹੋਏਗਾ, ਹੋਸਪਿਟਲ ਭਰੇਗਾ ਔਰ ਹੋਸਪਿਟਲ ਆਪਣੇ ਖਰਚੇ 'ਤੇ ਇਹਨਾਂ ਦਾ ਬਾਈਪਾਸ ਕਰਾਏਗਾ। IABP ਬਾਈਪਾਸ, ਦਵਾਈਆਂ, ਲੈਬੋਰਟਰੀ, ਹੋਸਪਿਟਲ, ਬੈਸਟ ਪੋਸੀਬਲ ਸਰਜਨ, ਸਭ ਕੁਛ ਕਰਕੇ ਅਸੀਂ ਇਹਨਾਂ ਦਾ 5 ਦਿਨ ਪਹਿਲੇ ਬਾਈਪਾਸ ਸਰਜਰੀ ਕੀਤੀ ਔਰ ਅੱਜ ਪੇਸ਼ੈਂਟ ਬਿਲਕੁਲ ਠੀਕ ਹੈ। ਇਹ ਪੇਸ਼ੈਂਟ ਅੱਜ ਡਿਸਚਾਰਜ ਹੋ ਕੇ ਘਰ ਜਾ ਰਿਹਾ। ਅਸੀਂ ਵੈਸੇ ਹਰ ਮਹੀਨੇ 20-25 ਬਾਈਪਾਸ ਸਰਜਰੀਜ਼, ਜਿਹਦੇ 'ਚ ਵੈਲਵ ਰਿਪਲੇਸਮੈਂਟ, ਚਾਹੇ ਉਹ ਮਾਈਟਰਲ ਹੈ, ਚਾਹੇ ਓਟਿਕ ਹੈ, ਚਾਹੇ DVR ਹੈ, ਚਾਹੇ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਪ੍ਰੈਸ ਨੋਟ 'ਚ ਮੈਂ ਮੈਂਸ਼ਨ ਵੀ ਕੀਤੀਆਂ, ਜਿੱਦਾਂ ਐਟਰੀਕਲ ਸੈਪਟਲ ਡਿਫੈਕਟ ਹੈ, ਵੈਂਟਰੀਕਲ ਸੈਪਟਲ ਡਿਫੈਕਟ ਹੈ, ਬਹੁਤ ਸਾਰੀਆਂ ਹਾਰਟ ਦੇ ਓਪਰੇਸ਼ਨ ਹੁੰਦੇ ਆ ਜਿਹੜੇ ਕਿ ਅਸੀਂ ਆਪਣੇ ਹੋਸਪਿਟਲ ਸਾਰੇ ਕਰ ਰਹੇ ਹਾਂ। ਬਾਈਪਾਸ ਸਰਜਰੀ ਤਾਂ ਅਸੀਂ ਹਰ ਇੱਕ ਦਿਨ ਛੱਡ ਕੇ ਆ ਰੋਜ਼ ਕਰ ਰਹੇ ਹਾਂ, ਉਹਨਾਂ 'ਚ ਇੱਕ ਸਰਜਰੀ ਇਹ ਵੀ ਹੈ। ਲੇਕਿਨ ਡਿਫੀਕਲਟੀ ਕਿਉਂ ਸੀ ਉਹ ਵੀ ਮੈਂ ਸਾਰਾ ਸਮਝਾਤਾ, ਇੱਕ ਫਾਈਨੈਂਸ਼ੀਅਲ ਡਿਫੀਕਲਟੀ ਸੀ ਉਹ ਵੀ ਸਮਝਾਤਾ ਔਰ ਦੂਸਰਾ ਜਿਹੜੀ ਇਹਦੀ ਟੈਕਨੀਕਲ ਡਿਫੀਕਲਟੀ ਸੀ ਅਸੀਂ ਉਹ ਵੀ ਦੱਸਤਾ।
ਇਸ ਪੇਸ਼ੈਂਟ ਨੂੰ ਅਸੀਂ ਠੀਕ ਠਾਕ ਕਰਕੇ ਬਹੁਤ ਮਿਹਨਤ ਲੱਗੀ ਅਸੀਂ ਆਪਣਾ, ਬਿਕੋਜ਼ ਸਾਡਾ ਇੱਕ ਪ੍ਰੈਸਟੀਜ ਇਸ਼ੂ ਵੀ ਸੀ ਜੇ ਅਸੀਂ ਸਾਰੀ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਇਹਨੂੰ, ਸਾਡਾ ਪ੍ਰੈਸਟੀਜ ਇਸ਼ੂ ਸੀ ਕਿ ਅਸੀਂ ਇਸ ਪੇਸ਼ੈਂਟ ਨੂੰ ਹਰ ਹਾਲ 'ਚ ਬਚਾ ਕੇ ਹੀ ਘਰ ਭੇਜਣਾ ਹੈ। ਸਾਡੇ ਕੋਲ ਤਾਂ ਈਵਨ ਉਹ ਕੰਸੈਂਟ ਵੀ ਨਹੀਂ ਪ੍ਰੋਪਰ ਲਿੱਤੀ ਗਈ, ਬਿਕੋਜ਼ ਜਦੋਂ ਇਹਨਾਂ ਨੂੰ ਅਸੀਂ ਇਹ ਕਹਿੰਦੇ ਸੀ ਕਿ ਇਹ ਪੇਸ਼ੈਂਟ 'ਚ ਮੋਰਟੈਲਿਟੀ ਐਂਡ ਮੋਰਬਿਡਿਟੀ, ਹਰ ਪੇਸ਼ੈਂਟ ਨੂੰ ਸਮਝਾਇਆ ਜਾਂਦਾ ਜਿੱਦਾਂ ਗੋਲ ਬੈਡਰ ਅਪੈਂਡਿਕਸ 3% 4% ਮੋਰਬਿਡਿਟੀ ਹੈ, ਮੋਰਟੈਲਿਟੀ ਹੁੰਦੀ ਹੈ, ਇਹਨਾਂ ਪੇਸ਼ੈਂਟਸ ਨੂੰ ਅਸੀਂ 8% ਤੋਂ 10% ਸਮਝਾ ਕੇ ਚੱਲਦੇ ਹਾਂ ਕਿ ਇਹ ਬਾਈਪਾਸ ਦੇ ਦੌਰਾਨ ਇਹ ਪ੍ਰੋਬਲਮ ਆ ਸਕਦੀ ਹੈ। ਈਵਨ ਅਸੀਂ ਇਹਨਾਂ ਨੂੰ ਇਹ ਵੀ ਪ੍ਰੋਪਰ ਨਹੀਂ ਸਮਝਾ ਪਾਏ ਬਿਕੋਜ਼ ਅਸੀਂ ਆਲਰੇਡੀ ਇਹ ਡਰਦੇ ਸੀ ਸਾਡੇ ਕੋਲੋਂ ਵੀ ਅਤੇ ਅਸੀਂ ਇਹਨਾਂ ਕੋਲੋਂ ਕਿ ਸਾਨੂੰ ਕੋਈ, ਬਿਕੋਜ਼ ਪ੍ਰੈਸ ਕਾਨਫਰੰਸ ਪਹਿਲੇ ਵੀ ਹੋਈ ਸੀ ਇਹਨਾਂ ਦੇ ਓਪਰੇਸ਼ਨ ਤੋਂ ਪਹਿਲੇ, ਅਤੇ ਅਸੀਂ ਫਾਈਨਲ ਇਹੀ ਦੱਸਿਆ ਕਿ ਅਸੀਂ ਮਰੀਜ਼ ਨੂੰ ਠੀਕ ਕਰਤਾ ਹੈ ਐਂਡ ਵੀ ਆਰ ਵੈਰੀ ਹੈਪੀ ਐਜ ਏ ਹੋਸਪਿਟਲ ਡਾਇਰੈਕਟਰ ਐਂਡ ਹੋਸਪਿਟਲ ਮੈਨੇਜਿੰਗ ਡਾਇਰੈਕਟਰ। ਆਈ ਐਮ ਸੋ ਹੈਪੀ ਕਿ ਮੈਂ ਇਸ ਪੇਸ਼ੈਂਟ ਨੂੰ ਠੀਕ ਕਰਕੇ ਘਰ ਭੇਜ ਰਿਹਾ ਔਰ ਵਿਦਆਊਟ ਐਨੀ ਸਿੰਗਲ ਮਨੀ। ਥੈਂਕ ਯੂ ਵੈਰੀ ਮਚ। ਮੈਂ ਜੋ ਆਯੁਸ਼ਮਾਨ ਕਾਰਡ 'ਤੇ ਡਾਕਟਰ ਸਾਹਿਬ ਨੇ ਸਰਜਰੀ ਕਰਨੀ ਸੀ, ਉਹ ਮੈਂ ਬਾਈਪਾਸ ਸਰਜਰੀ ਉਹ ਮੇਰੇ ਪਿਤਾ ਜੀ ਦੀ ਉਹਨਾਂ ਨੇ ਕਰ ਦਿੱਤੀ ਹੈ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਕਿੱਥੇ ਹੋਈ ਸਰਜਰੀ, ਕੀ ਨਾਮ ਹੋਸਪਿਟਲ ਦਾ ਡਾਕਟਰ ਸਾਹਿਬ ਦਾ? ਡਾਕਟਰ ਸਾਹਿਬ ਦਾ ਨਾਮ ਮਹਤਾ ਜੀ, ਡਾਕਟਰ ਸਾਹਿਬ ਨੇ ਜਤਿੰਦਰ ਮਹਤਾ ਕੋਰਪੋਰੇਟ ਹੋਸਪਿਟਲ ਵਿੱਚ ਜੀ ਮੇਰੇ ਪਿਤਾ ਜੀ ਦਾਖਲ ਸਨ, ਉਹਨਾਂ ਦਾ ਜੋ ਬਾਈਪਾਸ ਸਰਜਰੀ ਸੀ ਉਹ ਡਾਕਟਰ ਸਾਹਿਬ ਨੇ ਆਯੁਸ਼ਮਾਨ ਕਾਰਡ 'ਤੇ ਕਰ ਦਿੱਤੀ ਜੀ। ਹਾਂਜੀ, ਇਹਨੇ ਪੂਰਾ ਸੰਜੋਗ ਦਿੱਤਾ ਜੀ ਡਾਕਟਰ ਸਾਹਿਬ ਨੇ, ਅਤੇ ਮੇਰਾ ਲਾਈਫ ਬਹੁਤ ਸਹੀ ਹੋਇਆ ਜੀ।